ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਲੈਜੈਂਡਰੀ ਸਿੰਗਰ ਅਮਰ ਸਿੰਘ ਚਮਕੀਲਾ ਦੀ। ਅਮਰ ਸਿੰਘ ਚਮਕੀਲਾ ਦਾ ਅਸਲੀ ਨਾਮ ਅਮਰ ਸਿੰਘ ਸੰਧੀਲਾ ਸੀ। ਉਹਨਾਂ ਦਾ ਜਨਮ 21 ਜੁਲਾਈ 1960 ਨੂੰ ਦੁੱਗਰੀ ਪੰਜਾਬ ਵਿੱਚ ਹੋਇਆ। ਉਸਦੇ ਪਰਿਵਾਰ ਦੇ ਲੋਕ ਉਸਨੂੰ ਪਿਆਰ ਨਾਲ ਧਨੀ ਰਾਮ ਕਹਿ ਕੇ ਸੰਬੋਧਨ ਕਰਦੇ, ਕਿਉਂਕਿ ਉਸਦੇ ਫਾਦਰ ਦਾ ਨਾਮ ਹਰੀ ਰਾਮ ਸੀ। ਚਮਕੀਲੇ ਨੇ ਆਪਣੀ ਮੁੱਢਲੀ ਪੜ੍ਹਾਈ ਗੁੱਜਰ ਖਾਨ ਪ੍ਰਾਇਮਰੀ ਸਕੂਲ ਦੁੱਗਰੀ ਤੋਂ ਕੀਤੀ। ਚਮਕੀਲੇ ਨੇ ਪਹਿਲਾਂ ਇਲੈਕਟ੍ਰੀਸ਼ਨ ਦਾ ਕੰਮ ਕੀਤਾ, ਉਸ ਤੋਂ ਬਾਅਦ ਲੁਧਿਆਣਾ ਦੀ ਇੱਕ ਕੱਪੜਾ ਮਿੱਲ ਵਿੱਚ ਕੰਮ ਕੀਤਾ। ਚਮਕੀਲੇ ਨੂੰ ਤੂੰਬੀ, ਹਾਰਮੋਨੀਅਮ ਅਤੇ ਢੋਲਕੀ ਵਜਾਉਣ ਦਾ ਬਹੁਤ ਸ਼ੌਕ ਸੀ ਅਤੇ ਸੰਨ 1979 ਵਿੱਚ ਉਸਦੇ ਦੋਸਤ ਕੁਲਦੀਪ ਪਾਰਸ ਨੇ ਚਮਕੀਲੇ ਦੀ ਮੁਲਾਕਾਤ ਸੁਰਿੰਦਰ ਸ਼ਿੰਦੇ ਨਾਲ ਕਰਵਾਈ ਅਤੇ ਉਸ ਦਿਨ ਤੋਂ ਚਮਕੀਲਾ ਸਟੇਜ ਦੇ ਪਿੱਛੇ ਸਾਜ ਵਜਾਉਂਦਾ ਅਤੇ ਉਸਨੇ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਸੁਰਿੰਦਰ ਸ਼ਿੰਦੇ ਲਈ ਸਟੇਜ 'ਤੇ ਕੰਮ ਕੀਤਾ। ਚਮਕੀਲੇ ਨੇ ਸੈਂਕੜੇ ਗੀਤ ਲਿਖ ਕੇ ਸ਼ਿੰਦੇ ਨੂੰ ਦਿੱਤੇ, ਪਰ ਉਸ ਸਮੇਂ ਚਮਕੀਲੇ ਨੇ ਗਾਉਣਾ ਸ਼ੁਰੂ ਨਹੀਂ ਸੀ ਕੀਤਾ। ਫਿਰ ਚਮਕੀਲੇ ਦੇ ਪਰਿਵਾਰ ਨੇ ਉਸਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ ਅਤੇ ਉਸਦੀਆਂ ਦੋ ਧੀਆਂ ਨੇ ਜਨਮ ਲਿਆ, ਅਮਰਦੀਪ ਕੌਰ ਅਤੇ ਕਮਨਦੀਪ ਕੌਰ, ਜਿਸ ਨੂੰ ਕਮਲ ਕਹਿੰਦੇ ਹਨ। 23 ਮਈ 1983 ਨੂੰ ਚਮਕੀਲੇ ਨੇ ਅਮਰਜੋਤ ਕੌਰ ਨਾਲ ਲਵ ਮੈਰਿਜ ਕਰਵਾਈ ਅਤੇ ਉਸ ਤੋਂ ਇੱਕ ਪੁੱਤਰ ਹੋਇਆ ਜਿਸਦਾ ਨਾਮ ਜੈਮਨ ਚਮਕੀਲਾ ਹੈ। ਉਸ ਤੋਂ ਪਹਿਲਾਂ ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਗਾਇਆ ਅਤੇ 8 ਡਿਊਟ ਗੀਤ ਰਿਕਾਰਡ ਕਰਵਾਏ ਅਤੇ ਫਿਰ ਉਸ ਤੋਂ ਬਾਅਦ ਮਿਸ ਊਸ਼ਾ ਨਾਲ ਡਿਊਟ ਗੀਤ ਗਾਏ। ਇਹ ਜੋੜੀ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ ਅਤੇ ਫਿਰ ਉਸਨੇ ਨਵੀਂ ਜੋੜੀਦਾਰ ਲੱਭੀ ਜਿਸਦਾ ਨਾਮ ਅਮਰਜੋਤ ਚਮਕੀਲਾ ਸੀ। ਇਹ ਜੋੜੀ ਸੁਪਰ ਡੁਪਰ ਹਿੱਟ ਰਹੀ। ਗੁਲਜ਼ਾਰ ਸਿੰਘ, ਮਸ਼ਹੂਰ ਲੇਖਕ, ਆਪਣੀ ਕਿਤਾਬ ਆਵਾਜ਼ ਮਰਦੀ ਨਹੀਂ ਵਿੱਚ ਲਿਖਦੇ ਹਨ ਕਿ ਚਮਕੀਲੇ ਦੀ ਲੋਕਪ੍ਰਿਯਤਾ ਇੰਨੀ ਸੀ ਕਿ ਉਹ ਸਾਲ ਦੇ 365 ਦਿਨਾਂ ਵਿੱਚ 1980 ਵਿੱਚ ਚਮਕੀਲੇ ਅਤੇ ਅਮਰਜੋਤ ਨੇ LP ਰਿਕਾਰਡਸ HMV ਲੈਵਲ 'ਤੇ ਜ਼ਰੀਏ ਕਨੇਡਾ, USA, ਬਹਿਰੀਨ ਅਤੇ ਡਬਈ ਵਿੱਚ ਅਖਾੜੇ ਲਾਏ। ਉਹ ਇੱਕ ਪ੍ਰੋਗਰਾਮ ਦੇ ਉਸ ਵਕਤ 4000 ਰੁਪਏ ਲਿਆ ਕਰਦੇ ਸੀ। LP ਰਿਕਾਰਡ 'ਤੇ ਚਮਕੀਲੇ ਦੀ ਸਭ ਤੋਂ ਪਸੰਦੀਦਾ ਐਲਬਮ ਦੇ ਨਾਮ ਇਸ ਤਰ੍ਹਾਂ ਹਨ: ਬਾਬਾ ਤੇਰਾ ਨਨਕਾਣਾ, ਤਲਵਾਰ ਕਲਗੀ ਧਰਦੀ ਮੈਂ ਅਤੇ ਨਾਮ ਜਪ ਲੈ। ਚਮਕੀਲੇ ਨੇ 1987 ਵਿੱਚ ਪੰਜਾਬੀ ਫਿਲਮ ਬਟੋਲਾ ਵਿੱਚ ਇੱਕ ਗੀਤ ਗਾਇਆ ਜਿਸਦਾ ਨਾਮ ਸੀ ਪਹਿਲੇ ਲਲਕਾਰੇ ਨਾਲ। ਇਹ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਤੋਂ ਬਾਅਦ ਫਿਲਮਾਂ ਵਿੱਚ ਚਮਕੀਲੇ ਦੇ ਗੀਤਾਂ ਦਾ ਆਉਣਾ ਆਮ ਜਿਹਾ ਹੋ ਗਿਆ। ਚਮਕੀਲੇ ਅਤੇ ਅਮਰਜੋਤ ਦੀ ਜੋੜੀ ਨੇ ਮਿਲ ਕੇ 90 ਗੀਤ ਗਾਏ ਜੋ ਕਿ ਉਸ ਦੌਰ ਦੇ ਪੂਰੇ ਫੇਮਸ ਰਹੇ। ਇਸ ਤੋਂ ਪਹਿਲਾਂ ਕਿ ਇਹ ਜੋੜੀ ਕੋਈ ਹੋਰ ਨਵਾਂ ਕੀਰਤੀਮਾਨ ਪੰਜਾਬੀ ਗਾਇਕੀ ਵਿੱਚ ਰਚਦੀ, ਇੱਕ ਮੰਦਭਾਗੀ ਘਟਨਾ ਵਾਪਰ ਗਈ। 8 ਮਾਰਚ 1988 ਨੂੰ ਮੈਸਮਪੁਰ ਪੰਜਾਬ ਵਿੱਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅਮਰਜੋਤ ਅਤੇ ਚਮਕੀਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਅੱਜ ਤੱਕ ਇਹ ਸਿੱਧ ਨਹੀਂ ਹੋ ਸਕਿਆ ਕਿ ਚਮਕੀਲੇ ਦਾ ਅਸਲੀ ਹਥਿਆਰਾ ਕੌਣ ਹੈ। ਚਮਕੀਲਾ ਉਸ ਸ਼ੌਹਰਤ ਦੀ ਪੌੜੀ 'ਤੇ ਪਹੁੰਚ ਗਿਆ ਸੀ ਜਿੱਥੇ ਬਾਕੀ ਸਿੰਗਰ ਜਾਣ ਦੇ ਸੁਪਨੇ ਦੇਖਿਆ ਕਰਦੇ ਸੀ। ਇਹ ਲੱਖਾਂ ਦਿਲਾਂ ਦੀ ਧੜਕਣ 8 ਮਾਰਚ 1988 ਨੂੰ ਥੰਮ ਗਈ ਅਤੇ ਪਿੱਛੇ ਆਪਣੇ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਈ। ਅਖੀਰ ਵਿੱਚ ਦੋ ਬੋਲ ਚਮਕੀਲਾ ਜੀ ਨੂੰ ਸਮਰਪਿਤ, ਜੋ ਕਿ ਉਹਨਾਂ ਦੇ ਸ਼ਾਗਿਰਦ ਚਮ ਚਮਕੀਲਾ ਜੀ ਦੇ ਬੋਲ ਨੇ। ਹਾਏ ਤੇਰੀ ਯਾਦ ਬਥੇਰੀ ਆਊਗੀ, ਹਾਏ ਯਾਦ ਬਥੇਰੀ ਆਊਗੀ, ਪਰ ਤੂੰ ਨਹੀਂ ਆਉਣਾ। ਫਟ ਜਿਗਰ ਤੇ ਲਾਊਗੀ ਪਰ ਤੂੰ ਨਹੀਂ ਆਉਣਾ। ਉਹ ਚੇਤੇ ਆਉਂਦੇ ਬੋਲ ਤੇਰੇ ਜੋ ਕੱਲਿਆਂ ਮੈਂ ਸਮਝਾਉਂਦਾ ਸੀ, ਇੱਥੇ ਕੋਈ ਕਿਸੇ ਦਾ ਨਿੱਤ ਨਹੀਂ, ਇਹ ਮੁੱਖੋਂ ਆਖ ਸੁਣਾਉਂਦਾ।